हेलो गाइस, मैं पवन। आज आप फिर दो माइंडक्राफ्ट की दुनिया बहुत ज़्यादा मतलब ज़्यादा तो ज़्यादा टाइम ते हाँ गाइस आप बहुत टाइम बाद बना रहे हैं। ते आज मैं अपना फेस शो नहीं करने वाला। ते आ देखो अपना वही हाउस हमेशा वांगू क्रिएटिव मैं बनाता रहता सी, पर एक गलती यार बहुत ज़्यादा टाइम बाद में माइंडक्राफ्ट आया। हूँ तो मैं आया नहीं सीगा। ते आ देखो तुसी लास्ट वीडियो देखी हो तो देख लो, जाके सब्सक्राइब ते लाइक करना ना भूलना। इत्थे एक फार्म सी ते ओ मैं फोड़ था ते इत्थे इन्नी इंट्रोडक्शन हो गई। दो मिनट बाद इत्थे मीह आ जांदा। की हो जांदा देख सकदे हो तुसी। ते अपना हाउस मैं बनाता सी ऑफ वीडियो, ये तरह मैं तुम्हें दिखा दूंगा बाद, पर एक सरप्राइज आ वो मैं बाद रिवील कर दा। रुक जाओ, पहले तो मैं मीन हटा दा। तो हाँ गाइस आ देखो ते अपनी जो है, सॉरी गाइस थोड़ी डिस्टर्ब हो गई सी, कितने आ गए ते। हाँ जी ते एक इतने मैं थोड़े सरप्राइज है चल रहा, देखो कुछ तरह इतने घर अगे कोई लेक लूक कुछ होंगी नहीं सी, पर मैं बना दी। इतने ब्रिज आ चुके हैं उतो अपने सरप्राइज तो, सरप्राइज तो अभी देख ही लिया तुम्हें पता ही है। तो इतने मैं बनाऊँगा थोड़ा टाइम ही होया मैं देख सकते हो। ਤੁਸੀਂ ਹਾਲ ਸਕਦੇ ਹਾਲ ਦੇਖ ਸਕਦੇ ਹੋ ਆਪਣਾ ਇੱਥੇ ਦਾ ਕੀ ਬਣਿਆ ਪਿਆ। ਉੱਥੋਂ ਦੇਖੋ ਸਾਰੀ ਟੀ ਐਨ ਟੀ, ਮੈਂ ਦੱਸ ਦਿਨਾਂ ਤੁਹਾਨੂੰ ਟੀ ਐਨ ਟੀ ਲਗਾਏ ਸੀਗੇ, ਇਸ ਦੇ ਨਾਲ ਸਾਰਾ ਕੁਛ ਹੋਇਆ ਹੈ। ਤਾਂ ਹਾਂ ਗਾਈਸ ਮੈਂ ਥੋੜ੍ਹੇ ਡਿਸਟਰਬ ਹੋਊਂਗੀ ਸੀ। ਅਤੇ ਆਹ ਦੇਖੋ ਕੀ ਹਾਲ ਬਣ ਚੁੱਕਿਆ ਇੱਥੇ ਦਾ। ਇਹ ਲਾਈਟਸ ਕਰਕੇ ਆਪਣੇ ਇੱਥੇ ਦੀ ਚਮਕੀ ਹੋਈ ਆ, ਨਹੀਂ ਰਾਤ ਨੂੰ ਤੁਹਾਨੂੰ ਪਤਾ ਨਹੀਂ ਕੀ ਹਾਲ ਬਣ ਜਾਂਦਾ। ਦੇਖੋ ਟੀ ਐਨ ਟੀ ਇੱਥੇ ਤੱਕ ਆ ਚੁੱਕੇ ਸੀਗੇ। ਮੈਂ ਵੀ ਇੱਥੇ ਫਾਰਮ ਜਿਹਾ ਬਣਾਇਆ ਸੀ, ਪਤਾ ਨਹੀਂ ਮੇਰੇ ਦਿਮਾਗ 'ਚ ਆਇਆ ਮੈਂ ਟੈਂਟੀ ਲੱਗੇ ਫੋਰ ਤੋਂ। ਅਤੇ ਬਸ ਇਸ ਲਾਈਟ ਕਰਕੇ ਹੁਣ ਤਾਂ ਆਪਣਾ ਜਗਮਗ ਲੱਗਦਾ। ਹੁਣ ਤਾਂ ਇੱਥੇ ਕੋਈ ਵੈਸੇ ਮੈਂ ਲਾਈਟ ਲਗਾ ਹੀ ਨਹੀਂ ਹੈਗੀ, ਰਾਤ ਦੇ ਜ਼ੋਂਬੀ ਗਰੀਬੋਰ ਫਰਦੇ ਹੁੰਦੇ ਨੇ। ਫੋੜ ਮੇਰੀ ਵਿੱਚ ਰੱਖੀ ਹੋਈ ਹੈ, ਇੱਕ ਲੱਗ ਜੇ ਇਹਨਾਂ ਨੇ ਤੋ ਰਹਿ ਨਹੀਂ ਹੋਣਾ ਇਹਨਾਂ ਤੋਂ। ਰੁਕ ਜਾਓ ਮੈਂ ਕੱਢਦਾ ਕੀ ਕਰਨੀ ਠੀਕ ਆ। ਅਤੇ ਹੁਣ ਆ ਗਈ ਮੇਰੇ ਹੱਥ ਸੌੜ। ਅਤੇ ਗਾਈਸ ਹੁਣ ਕੀ ਕਰਦਾ ਉਈ, ਸੋਰੀ ਬਲੇਜ਼ਰ ਮੇਰੇ ਗਲਤੀ ਨਾਲ ਲੱਗ ਗਈ ਸੀ, ਮੈਂ ਸਮਝਿਆ ਜੰਬੀ ਬਲੇਜ਼ਰ ਹੈ ਇੱਕ ਵਾਧੂ, ਪਤਾ ਨਹੀਂ ਕੱਲ੍ਹ ਫਰਦੇ ਸੀ ਮੈਂ ਹੁਣ ਬੰਦ ਵੀਡੀਓ 'ਚ ਆਇਆ ਸੀਗਾ। ਅਤੇ ਬਹੁਤ ਜ਼ਿਆਦਾ ਟਾਈਮ ਬਾਅਦ ਆਈ ਹੈ। ਅਤੇ ਆਹ ਘਰ ਵੀ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਣਾ, ਅਤੇ ਇਹਦਾ ਤੁਹਾਨੂੰ ਟੂਰ ਦੇ ਦਿੰਦਾ ਮੈਂ। ਚਲੋ ਤਾਂ ਮੱਕੜੀਆਂ ਦੋ ਮਿੰਟ ਰੁਕਿਓ, ਮੈਂ ਥੋੜ੍ਹੀ ਸਵੇਰ ਕਰਦਾ, ਸਨਰਾਈਜ਼ ਹੀ ਕਰ ਦਿੰਦੇ ਹਾਂ। ਚਲੋ ਹੈਂ ਅਤੇ ਆ ਜਾਓ ਹੋਈ ਹੋਈ ਅਤੇ ਆ ਜਾਓ ਅੰਦਰ ਆਉਂਦੀ। ਇੱਥੇ ਕੁਛ ਆਪਾਂ ਨੂੰ ਆਏ ਇੱਦਾਂ ਦੇਖ ਸਕਦੇ ਹਾਂ। ਇਸ ਤੋਂ ਬਾਅਦ ਇੱਥੇ ਤੁਸੀਂ ਬੈਠ ਸਕਦੇ ਹੋ ਆਰਾਮ ਨਾਲ, ਅਤੇ ਫਿਰ ਆਪਾਂ ਆ ਜਾਂਦੇ ਹਾਂ ਅੱਗੇ। ਚਲੋ ਚਲੋ ਉੱਪਰ ਕੁਛ ਇਸ ਤਰ੍ਹਾਂ ਦਾ ਆਉਂਦੀ ਵਿੰਡੋ, ਸੋਹਣੀ ਲੱਗਦੀ ਆ ਉਹਦੀ ਲੈਟਸ ਦਾ ਮੈਂ ਥੋੜ੍ਹਾ ਐਂ ਕਰਦਾ ਸੀ। ਅਤੇ ਇੱਥੇ ਕੁਛ ਇਸ ਤਰ੍ਹਾਂ ਦਾ ਝਰਨਾ ਜਿਹਾ, ਪਤਾ ਨਹੀਂ ਕੀ ਬਣਾਉਂਦਾ ਮੈਂ। ਅਤੇ ਆਪਣਾ ਬੈੱਡ ਹੈ ਉਹ ਮੈਂ ਸੌਂ ਗਏ ਗਲਤੀ ਨਾਲ, ਚਲੋ ਕੋਈ ਨਾ ਸਵੇਰ ਹੋਈ ਜਾਂਦੀ ਹੈ ਫਿਰ। ਚਲੋ ਹੋ ਗਈ ਸਵੇਰ, ਹੁਣ ਸਾਰੇ ਸਕੈਲਟਨ ਮਰਨਗੇ। ਇੱਕ ਤਾਂ ਆਪਣੇ ਆਸ ਪਾਸ ਜੰਗਲ ਆ ਯਾਰ, ਪਰ ਮੈਨੂੰ ਹਰਿਆਲੀ ਸੋਹਣੀ ਲੱਗਦੀ ਆ। ਅਤੇ ਵੈਸੇ ਇੱਥੇ ਉੱਤੇ ਜਾ ਓਈ
ਇੱਥੇ ਉੱਤੇ ਜਾਣ ਦਾ ਰਾਹ ਤਾਂ ਹੈ ਨਹੀਂ ਗਾ, ਆਪਾਂ ਉੱਤੇ ਜਾ ਨਹੀਂ ਸਕਦੇ। ਤੇ ਫਿਰ ਆਪਾਂ ਰਾਉਂਡ ਕੀ ਦਿਖਾ ਦੇਣਾ, ਚਲੋ ਪਹਿਲਾਂ ਮੈਂ ਸੋਚ ਰਿਹਾ ਸੀ ਵੀ ਉੱਤੇ ਆਉਣ ਦੀ ਸਟੇਜ ਜਾਂ ਕੁਛ ਬਣਾ ਲਾ, ਪਰ ਮੈਨੂੰ ਲੱਗਿਆ ਥੋੜ੍ਹੀ ਲੁੱਕ ਵਿਗੜ ਜੂਗੀ ਕਰਕੇ ਕੁਛ ਹੋਏ ਹੋਏ। ਮੈਂ ਗਾਇਸ ਬਹੁਤ ਜ਼ਿਆਦਾ ਟਾਈਮ ਬਾਅਦ ਤੁਹਾਨੂੰ ਦੱਸੀ ਜਾ ਰਹੇ ਹਾਂ, ਮਾਈਨਕ੍ਰਾਫਟ ਆਈ ਆ ਅਤੇ ਹੁਣ ਆਪਾਂ ਇੱਕ ਨਿਊ ਗੇਮ ਸਟਾਰਟ ਕਰਨ ਵਾਲੇ ਹਾਂ, ਬੈੱਡ ਵਾਰ। ਅਤੇ ਮੈਂ ਖਾਸੇ ਟਾਈਮ ਦੀ ਉਹ 'ਤੇ ਧਿਆਨ ਦੇ ਰਿਹਾ, ਅਤੇ ਫਿਰ ਆਪਾਂ ਉਹਦੀ ਸੀਰੀਜ਼ ਵੀ ਸਟਾਰਟ ਕਰਾਂਗੇ, ਅਤੇ ਫਿਰ ਆਪਾਂ ਬੈੱਡ ਵਾਰ ਵੀ ਖੇਡਾਂਗੇ। ਮਾਈਨਕ੍ਰਾਫਟ ਕੰਟੀਨਿਊਸਲੀ ਆਪਣੀ ਚੱਲੀ ਰਹੀ ਆ, ਮੈਂ ਹੋਰ ਵੀ ਗੇਮਾਂ 'ਤੇ ਧਿਆਨ ਦੂੰਗਾ। ਅਤੇ ਛੋਟੀ ਜਿਹੀ ਵੀਡੀਓਜ਼ ਕਿਉਂਕਿ ਮੈਂ ਬਹੁਤ ਟਾਈਮ ਦਾ ਬਣਾ ਨਹੀਂ ਰਿਹਾ ਸੀ, ਹੁਣ ਗਾਈਸ ਬਹੁਤ ਜ਼ਿਆਦਾ ਵੀਡੀਓ ਆਉਣਗੀਆਂ, ਇਸ ਲਈ ਯੂਟਿਊਬ ਦੇਖਦੇ ਰਹੋ, ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਣਾ। ਤੁਹਾਨੂੰ ਅੱਜ ਮੈਂ ਹਾਊਸ ਦਿਖਾਤਾ, ਸਵੀਟ ਹਾਊਸ ਜੋ ਮੈਂ ਨਵਾਂ ਬਣਾਇਆ ਸੀਗਾ। ਅਤੇ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਆਪਾਂ ਮੈਂ ਨਿਊ ਮਤਲਬ ਇੱਕ ਨਿਊ ਵਰਲਡ ਉਹ ਕੀਤਾ ਵਾ ਇਨਕਰੀਜ਼, ਅਤੇ ਉਹ ਤੁਹਾਨੂੰ ਮੈਂ ਬਾਅਦ 'ਚ ਦਿਖਾ ਦੂੰਗਾ। ਅਤੇ ਉਸਦਾ ਵਰਲਡ ਦਾ ਨਾਮ ਮੈਂ ਪਤਾ ਨਹੀਂ ਕੀ ਸੋਚ ਸੋਚ ਕੇ ਲੋਸ ਸੈਂਟੋਸ ਰੱਖਤਾ GTA 5 ਦਾ। ਅਤੇ ਉਸ 'ਚ ਮੈਂ ਇੱਕ ਕੈਸਲ ਬਣਾਊਂਗਾ ਜਿਸ ਦੀ ਵੀਡੀਓ ਬਸ ਸ਼ਾਇਦ ਹਾਫ ਵੀਕ ਤੱਕ ਆ ਚੁੱਕੂ ਆ ਜਾਊਗੀ ਆ ਜੂ। ਅਤੇ ਗਾਈਸ ਮਿਲਦੇ ਹਾਂ ਅਗਲੀ ਵੀਡੀਓ, ਟਾਟਾ ਸੀ ਯੂ, ਬਾਏ ਬਾਏ। ਲਾਈਕ ਅਤੇ ਸਬਸਕ੍ਰਾਈਬ ਨਾ ਕਰਨਾ ਭੁੱਲਣਾ।